Hi guys, this YouTube channel from this guy over here. I wish you guys all see this, and I hope this trip come out be one of the big YouTube channels. Good morning guys, welcome back to Dubro channel. Dubro channel. ਤੇ ਅੱਜ ਜਾ ਰਹੇ ਹਾਂ ਅਸੀਂ ਮੈਂ ਤੇ ਇਹ ਜੋ ਵੀ ਹੈ ਤੇ ਇਹ ਨਾਓ ਵੀ ਆਰ ਗੋਇੰਗ ਟੂ ਦੁਬਈ ਛੋਟੇ ਕਿੱਥੇ ਜਾ ਰਹੇ ਹਾਂ ਇਹੀ ਦੱਸੇਗਾ ਇਹਨੂੰ ਪਤਾ ਇਹਦੇ ਰਿਲੇਟਡ ਕੋਈ ਗੇਮ ਜੀ ਹੈ ਮਸਲ ਸ਼ੋ ਆ ਦੁਬਈ ਦੇ ਵਿੱਚ ਉੱਥੇ ਜਾ ਰਹੇ ਹਾਂ ਮਿੱਤਰ ਆਇਆ ਇੱਕ ਇੰਡੀਆ ਤੋਂ ਟਿਕਟ ਆ ਉਹਦੀ 50-80 ਔਰ 100 ਸਮਥਿੰਗ ਇੱਦਾਂ ਟਿਕਟ ਆ ਪਰ ਪਰਸਨ ਦੀ ਅਦਰਵਾਈਜ਼ ਵੀ ਟਿਕਟ ਲੈ ਕੇ ਐਂਟਰੀ ਕਰਨੀ ਪੈਣੀ ਆ ਦੋ ਕੰਮ ਹੋ ਜਾਣਗੇ ਇੱਕ ਤਾਂ ਮਿੱਤਰ ਆ ਇੰਡੀਆ ਦਾ ਉਹਨੂੰ ਮਿਲ ਲਾਂਗੇ ਦੂਜਾ ਹੈਗਾ ਵਾ ਬਈ ਮਸਲ ਸ਼ੋ ਆ ਅੱਛੇ ਬਾਡੀ ਬਿਲਡਰ ਆਉਣਗੇ ਪ੍ਰੋਡਕਟਸ ਦੇਖਣ ਨੂੰ ਮਿਲਣਗੇ ਆਪਦੀ ਫੀਲਡ ਦੇ ਰਿਲੇਟਡ ਚੀਜ਼ ਆ ਤਾਂ ਜਾਣਾ ਬਣਦਾ ਇਹ ਸੀ ਇਨਫੋਰਮੇਸ਼ਨ ਐਜ਼ ਯੂ ਨੋ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਇਹ ਹੈਗਾ ਆ ਸਰਟੀਫਾਈਡ ਸਹੀ ਹੈ ਸਰਟੀਫਾਈਡ ਟ੍ਰੇਨਰ ਆ ਦੁਬਈ ਦੇ ਵਿੱਚ ਔਰ IFBB ਸਰਟੀਫਾਈਡ ਹੈ ਨਾ ਅਤੇ ਹੋਰ ਵੀ ਇੱਕ ਕੀ ਆ ਕਹਿੰਦੇ ਗਵਰਨਮੈਂਟ ਸਰਟੀਫਾਈਡ ਕਿ ਦੁਬਈ ਸਰਟੀਫਾਈਡ UAE ਸਰਟੀਫਾਈਡ ਹਾਂ UAE ਰਜਿਸਟਰਡ ਹੈ ਪਰਸਨਲ ਟ੍ਰੇਨਰ ਔਰ IFBB ਸਰਟੀਫਾਈਡ ਪਰਸਨਲ ਟ੍ਰੇਨਰ ਅਤੇ ਮੈਂ ਇਹਦੇ ਰਿਲੇਟਡ ਹੀ ਆ ਸਾਰਾ ਕੁਛ ਅੱਜ ਆਪਾਂ ਤਾਂ ਕੈਮਰਾ ਚੱਕ ਕੇ ਬਸ ਕਵਰ ਹੀ ਕਰਨਾ ਇਹਨੂੰ ਹੈ ਨਾ ਅਤੇ ਮਾਰਤੀ ਸੀ ਸਾਲੇ ਨੇ ਕਿੱਧਰ ਲੱਗਿਆ ਆਉਂਦਾ ਉਹ ਜਿਵੇਂ ਨਾ ਰੋਕਦਾ ਉਹਨੇ ਜੜ ਦੇਣੀ ਸੀ ਫੋਨ ਤੇ ਵੀਡੀਓ ਕਾਲ ਤੇ ਲੱਗ ਜਾਂਦੇ ਸਾਲੇ ਵੀਡੀਓ ਕਾਲ ਤੇ ਚਲੋ ਰੁਕਾਵਟ ਲਈ ਖੇਦ ਹੈ ਹੁਣੇ ਹੁਣੇ ਐਕਸੀਡੈਂਟ ਹੁੰਦੇ ਹੁੰਦੇ ਬਚੇ ਹਾਂ ਅਤੇ ਆਪਣੀ ਗਲਤੀ ਨਹੀਂ ਸੀ ਸਾਹਮਣੇ ਵਾਲੀ ਦੀ ਸੀ ਬਸ ਇਹਦੇ ਰਿਲੇਟਡ ਹੀ ਆ ਸਾਰਾ ਕੁਛ ਅੱਜ ਜੋ ਸਾਰਾ ਕੈਮਰਾ ਘੁੰਮਣਾ ਇਹਦੇ ਨਾਲ ਹੀ ਘੁੰਮਣਾ ਨਿਊਟ੍ਰੀਸ਼ਨ ਸ਼ਾਪਸ ਵੀ ਹੋਣਗੀਆਂ ਉੱਥੇ ਕੋਈ ਵੱਡੇ ਬਾਡੀ ਬਿਲਡਰ ਵੀ ਆਏ ਹੋ ਸਕਦੇ ਆ ਨਿਊਟ੍ਰੀਸ਼ਨ ਗ੍ਰੈਮੀ ਲਾਸਟ ਟਾਈਮ ਆਇਆ ਸੀਗਾ ਇਦਾਂ ਦੇ ਪ੍ਰੋਡਕਟਸ ਵਗੈਰਾ ਹੈਗੇ ਨੇ ਬਾਡੀ ਦੇ ਸਾਰਾ ਕੁਛ ਮੈਂ ਅੱਜ ਲੈ ਲੂੰਗਾ ਤੇ ਬਾਈ ਪੇ ਕਰੂਗਾ ਚਲੋ ਮਿਲਦੇ ਆ ਫਿਰ ਦੁਬਈ ਸ਼ੋ ਦੁਬਈ ਮਸਲ ਸ਼ੋ ਤੇ ਬਬਾਸ ਗੱਲ ਕੁਛ ਵੀ ਨਹੀਂ ਪੈਟਰੋਲ ਗੱਡੀ ਦਾ ਤੇ ਸਾਨੂੰ ਕਾਫੀ ਸਹੀ ਆ ਐਜ਼ ਯੂਜ਼ੂ ਜੋ ਸਾਡੀ ਨਾਰਮਲ ਪ੍ਰੈਕਟਿਸ ਆ ਗੁੱਡ ਪ੍ਰੈਕਟਿਸ ਵਿਦਆਊਟ ਕਾਫੀ ਡਰਾਈਵ ਨਹੀਂ ਜਾ ਸਕਦੇ ਵਿਦਆਊਟ ਪੈਟਰੋਲ ਕਾਰ ਨਹੀਂ ਜਾ ਸਕਦੀ ਕਾਫੀ ਲੈਂਦੇ ਹਾਂ ਫਿਰ ਮਿਲਦੇ ਹਾਂ ਕਾਫੀ ਤੋਂ ਬਬਾਸ ਚਲੀਏ ਹੁਣ ਨਾ ਰੋਕੀ ਮੈਨੂੰ ਕਾਫੀ ਲੈ ਲਈ ਆ ਅਤੇ ਇੱਕ ਉਹਦਾ ਕੱਪ ਇੱਕ ਮੇਰਾ ਕੱਪ ਹੁਣ ਸਿੱਧਾ ਸ਼ੋ ਦੁਬਈ ਮਸਲ ਸ਼ੋ ਤੇ ਮਿਲਦੇ ਕਰਦੀ ਆ ਅਤੇ ਨਾਓ ਵੀ ਆਰ ਹੈਡਿੰਗ ਟੂ ਦੁਬਈ ਮਸਲ ਸ਼ੋ ਉਹ ਜਾ ਰਿਹਾ ਲਾਈਕ ਅ ਬਰਡ ਔਨ ਅ ਟ੍ਰੀ ਗਾਇਜ਼ ਦੁਬਈ ਵਰਲਡ ਟ੍ਰੇਡ ਸੈਂਟਰ ਅਸੀਂ ਆ ਗਏ ਹਾਂ ਠੀਕ ਹੈ ਅਤੇ ਸਾਡੀ ਐਂਟਰੀ ਹੋ ਗਈ ਆ ਓਕੇ ਨਾਓ ਸਾਨੂੰ ਵਾਕਿੰਗ ਸ਼ੋਕਿੰਗ ਕਰ ਕਰਕੇ ਜਾਣਾ ਪੈਣਾ ਸਿੱਧਾ ਮਸਲ ਸ਼ੋ ਦੇ ਵਿੱਚ
ਗਾਇਸ ਪਤਾ ਨਹੀਂ ਕਿੱਡੀ ਕੁ ਦੂਰ ਆ, ਕਿੱਥੇ ਹੋ ਰਿਹਾ, ਨੋ ਆਈਡੀਆ। ਗਾਇਸ ਫਾਈਨਲੀ ਵੀ ਰੀਚਡ ਹੇਅਰ, ਉੱਥੋਂ ਟਿਕਟ ਪਰਚੇਜ ਕਰਨੀ ਹੈ ਅਤੇ ਪਤਾ ਨਹੀਂ ਕਿਹੜਾ ਕਿਹੜਾ ਹਾਲ ਹੋਣਾ। ਤੇਰੇ ਫਰੈਂਡ ਦਾ ਮੈਸੇਜ ਨਹੀਂ ਆ ਰਿਹਾ? ਨਹੀਂ ਯਾਰ, ਉਹਦਾ ਨੰਬਰ ਵੀ ਨਹੀਂ ਮੇਰੇ ਕੋਲ, ਦੇਖ ਲੈਂਦੇ ਫਿਰ ਕੋਈ। ਵਟਸਐਪ ਹੀ ਆ, ਵਟਸਐਪ ਮੈਨੂੰ ਲੱਗਦਾ ਚੱਲ ਨਹੀਂ ਰਿਹਾ ਉਹਦਾ। ਬਟ ਛੋਟੇ ਇੱਥੇ ਆ ਕਿ ਇੱਕ ਚੀਜ਼ ਤਾਂ ਕਨਫਰਮ ਆ, ਤੁਹਾਨੂੰ ਦੁਨੀਆਂ ਦੇ ਝੋਟੇ ਝੋਟੇ ਬੰਦੇ ਇੱਥੇ ਮਿਲਣੇ ਆ, ਇੱਥੇ ਮਿਲਣੇ ਤਕੜੇ ਤਕੜੇ ਬੰਦੇ, ਬੋਡੀ ਬਿਲਡਰ, ਮਤਲਬ ਅਲੱਗ ਜਿਹੀ ਦੁਨੀਆ ਯਾਰ ਇਹਨਾਂ ਦੀ, ਅਲੱਗ ਜਿਹੀ ਦੁਨੀਆ ਵੀ ਜਿਹੜੇ ਸਾਈਜ਼ ਹੈ, ਜਿਹੜੀ ਬੋਡੀ, ਚੈਸਟ, ਡੋਲੇ, ਹੈ ਨਾ, ਬਿਲਕੁਲ ਡਿਫਰੈਂਟ ਦੁਨੀਆ। ਟਿਕਟ ਪਰਚੇਜ਼ ਕਰਨ ਤੋਂ ਬਾਅਦ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ ਕਿੰਨੇ ਦੀ ਆ, ਕਿੰਨੇ ਦਰਾਮ ਦੀ ਟਿਕਟ। ਓਕੇ, ਦੋ ਟਿਕਟਸ ਆਉਣੀਆਂ ਨੇ ਅੰਦਰ ਜਾਣ ਲਈ। ਟਿਕਟ ਪਰਚੇਸ ਕਰ ਲਈ ਆ, 100 ਦਰਾਮ ਇੱਕ ਟਿਕਟ, ਈਚ ਟਿਕਟ 100 ਦਰਾਮ। ਵੈਲਕਮ ਵੈਲਕਮ ਟੂ ਦੁਬਈ ਮਸਲ ਸ਼ੋ। ਬਿਗ ਰੈਮੀ ਯਾਰ ਸੀਗਾ ਬੰਦਾ ਉਹ, ਅਤੇ ਟਰਾਈ ਕਰਦੇ ਹਾਂ ਉਹਨੇ ਫੋਟੋ ਲੈਣ ਦੀ, ਲੇਕਿਨ ਲਾਈਨ ਬਹੁਤ ਲੰਬੀ ਆ, ਟਰਸਟ ਮੀ ਯਾਰ, ਪੂਰਾ ਰਸ਼ ਪੈ ਰਿਹਾ, ਪੂਰਾ ਰਸ਼, ਮਜ਼ਾ ਆ ਰਿਹਾ ਵਰਲਡ ਦੇ ਬੋਡੀ ਬਿਲਡਰਸ ਨੂੰ ਦੇਖ ਕੇ। ਹੈਂ ਮੇਰੇ ਜਿਹੜੇ ਫਰੈਂਡ ਨੂੰ ਅਸੀਂ ਲੱਭਦੇ ਸੀ ਨਾ, ਉਹ ਮਿਲ ਗਿਆ, ਸੁਨੀਲ ਦਾ ਫਰੈਂਡ। ਯਾਰ ਦਿਲ ਖੁਸ਼ ਹੋ ਜਾਂਦਾ ਬੰਦਾ ਦੇਖ ਕੇ ਪੰਜਾਬੀ, ਦਿਲ ਖੁਸ਼ ਹੋ ਜਾਂਦਾ, ਪੱਕੀ ਗੱਲ ਆ। ਥੈਂਕ ਯੂ, ਥੈਂਕ ਯੂ ਸੋ ਮਚ। ਪੱਟੀ ਤਰਨ ਦਾ ਦੁਬਈ ਮਸਲ ਸ਼ੋਅ ਤੇ ਪੰਜਾਬੀ ਬਹੁਤ ਨੇ, ਆਜੋ ਦੇਖ ਲਓ ਆ ਕੇ।
ਸਕਦੇ ਹੋ। You're disqualified. Keep it, keep it, keep it. This is where it matters. This is where it's at, guys. Push right through. Push right through. Push right through, guys. This is it. Yes, let's keep them there. Let's keep them there, MJ. Keep them there. The only person that found this is disqualified. Come on. ਮੋਟੀਵੇਸ਼ਨ ਮਿਲਦੀ ਆ ਹੁਣ ਅਗਲੇ 2 ਮਹੀਨਿਆਂ 'ਚ ਮੇਰੀ ਬੋਡੀ ਇੰਪਰੂਵ ਹੋਊਗੀ ਦੇਖੀ ਮੋਟੀਵੇਸ਼ਨ ਮੋਟੀਵੇਸ਼ਨ Hi guys, this YouTube channel from this guy over here. I wish you guys all see this